ਇਹ ਰੇਡੀਓ ਕਸ਼ਮੀਰ ਜੰਮੂ ਹੈ। ਬੜਲੇ ਖਬਰਾਂ ਵਿੱਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰਾਂ ਕਰਨੇ ਮੈਂ ਮੋਨਿਕਾ ਚੰਦੇਲ। ਸਰਕਾਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਭਨੇ ਲਈ ਆਪਣਾ ਮਕਾਨ ਵਾਲੇ ਮਿਸ਼ਨ ਦੀ ਤੋੜ ਚਾੜਨੇ ਲਈ ਇਹਦੇ ਕੰਮੇ ਚ ਤੇਜ਼ੀ ਆਣਨੇ ਗਿੱਤੇ ਅਫਸਰਾਂ ਨੇ ਨਿਰਦੇਸ਼ ਜਾਰੀ ਕੀਤਾ। ਜੰਮੂ ਸੰਭਾਗ ਚ ਇਹਦੇ ਤਹਿਤ 3,940 ਮਕਾਨ ਤਿਆਰ ਕਰਨ ਦੀ ਮਨਜੂਰੀ ਦਿੱਤੀ ਗਈ ਹੈ। 8-10 ਫਰਵਰੀ ਤੋੜੀ ਜੰਮੂ ਮਹੋਤਸਵ 2019 ਦਾ ਸਿਰਿਸ਼ਤਾ ਕੀਤਾ ਜਾਂਦਾ, ਜਿਸ ਦੌਰਾਨ ਜੰਮੂ ਪ੍ਰਾਂਤ ਦੇ ਵੱਖ ਵੱਖ ਇਲਾਕਿਆਂ ਦੀ ਬੰਨ ਸਬੰਨੀ ਸੰਸਕ੍ਰਿਤੀ ਤੇ ਸੱਗੋ ਸਾਰ ਵਿਰਸੇ ਦੀ ਉਜਾਗਰ ਕਰਨ ਸਬੰਧੀ ਕਈ ਕਾਰਜਕ੍ਰਮਾਂ ਦਾ ਆਯੋਜਨ ਕੀਤਾ ਜਾਂਦਾ। ਭਾਰਤ ਨੇ ਦੇਸੇ ਥਮਾਂ ਫਰਾਰ ਹੋਏ ਗਏ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਗੀ ਸੌਂਪਣੇ ਦੇ ਬਰਤਾਨੀਆ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਚ ਤਾਜ਼ਾ ਬਰਫਬਾਰੀ ਦੀ ਪੇਸ਼ਗੋਈ ਕੀਤੀ ਹੈ। ਜਰਨੈਲੀ ਸੜਕੇ ਪਰ ਗੱਡੀਆਂ ਦੀ ਇਕ ਤਰਫਾ ਆਵਾਜਾਈ ਬਹਾਲ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਹੋਰੇ ਕੱਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੰਮੇ ਤੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜੰਮੂ ਚ ਇਕ ਮੀਟਿੰਗ ਸੱਦੀ। ਇਸ ਮੌਕੇ ਉਹਨੇ ਅਧਿਕਾਰੀਆਂ ਗੀ ਜ਼ੋਰ ਦੇਈਏ ਆਖਿਆ ਜੇ ਸਭਨੇ ਲਈ ਆਪਣਾ ਮਕਾਨ ਉਪਲਬਧ ਕਰਵਾਉਣ ਵਾਲੇ ਮਿਸ਼ਨ ਤਹਿਤ ਉਹਾਰ ਦੇ ਕੰਮੇ ਚ ਤੇਜ਼ੀ ਆਣਦੇ ਹੋਏ ਇਸੀ ਮਿੱਥੇ ਗਏ ਦੇ ਸਮੇਂ ਦੇ ਅੰਦਰ ਅੰਦਰ ਮੁਕੰਮਲ ਕਰਨੇ ਦੀ ਪੱਕੀ ਵਿਵਸਥਾ ਕੀਤੀ ਜਾਣੀ ਲੋੜ ਸੀ। ਡਿਵੀਜ਼ਨਲ ਕਮਿਸ਼ਨਰ ਹੋਰੇ ਅਧਿਕਾਰੀਆਂ ਗੀ ਆਪਣਾ ਆਪਣਾ ਕੰਮ ਪੂਰੀ ਨਿਸ਼ਠਾ ਤੇ ਤਨਦੇਹੀ ਕੰਨੇ ਕਰਨੇ ਲਈ ਆਖਿਆ ਤਾਂ ਜੇ ਸਕੀਮਾਂ ਦੇ ਖਰੇ ਤੇ ਅਸਰਦਾਰ ਨਤੀਜੇ ਹਾਸਲ ਕੀਤੇ ਜਾ ਸਕਣ। ਉਹਨੇ ਅਜੇ ਤੋੜੀ ਹੋਏ ਦੇ ਕੰਮੇ ਦੀ ਤਫਸੀਲੀ ਰਿਪੋਰਟ 3 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣ ਲਈ ਵੀ ਆਖਿਆ ਤੇ ਉਹਨੇ ਲਾਭਾਰਥੀਆਂ ਦਾ ਪੂਰਾ ਬਿਓਰਾ ਦੇਣ ਲਈ ਵੀ ਜਿਹੜੇ ਇਸ ਮਿਸ਼ਨ ਤਹਿਤ ਸਬਸਿਡੀ ਹਾਸਲ ਕਰੀਏ ਆਪਣਾ ਮਕਾਨ ਬਣਾ ਕਰਦੇ ਨੇ। ਇਹਦੇ ਸ਼ਾ ਪਹਿਲੇ ਜੰਮੂ ਕਸ਼ਮੀਰ ਹਾਊਸਿੰਗ ਬੋਰਡ ਦੇ ਪ੍ਰਬੰਧ ਨਿਦੇਸ਼ਕ ਹੋਰੇ ਮੀਟਿੰਗਾਂ ਕੀ ਜਾਣਕਾਰੀ ਦਿੱਤੀ ਜੇ ਇਸ ਮਿਸ਼ਨ ਤਹਿਤ ਸੰਭਾਗ ਚ ਕੁੱਲ 6,730 ਮਕਾਨੇ ਦੀ ਮੰਗ ਹੀ ਜਿੰਦੇ ਚਾ 3,940 ਲਈ ਮਨਜ਼ੂਰੀ ਹੋਈ ਹੀ। ਉਹਨੇ ਆਖਿਆ ਜੇ ਇਹਦੇ ਚਾ 2,939 ਘਰੇ ਦੀ ਜੀਓ ਟੈਗਿੰਗ ਦਾ ਕੰਮ ਵੀ ਮੁਕੰਮਲ ਹੋ ਚੁੱਕੇ ਦਾ, ਜਿਸ ਲਈ 1,897 ਦਾ ਨਿਰਮਾਣ ਕੰਮ ਅਜੇ ਜਾਰੀ ਹੈ। ਵਿਪਕਸ਼ੀ ਦਲੇ ਜੰਦੀ ਸੰਜਾ ਚੁਣਾਵ ਆਯੋਗ ਕਨੇ ਮਿਲੀਏ ਆਉਂਦੇ ਲੋਕ ਸਭਾ ਚੁਣਾਵਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨੇ ਰਾਹੀਂ ਮਤਦਾਨ ਚ ਪਾਰਦਰਸ਼ਤਾ ਕੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਕਮਿਸ਼ਨ ਕਨੇ ਮਿਲਣੇ ਆਲੇ ਚ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਤੇ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਮੁੱਖ ਤੌਰਾਂ ਪਰ ਸ਼ਾਮਲ ਹੋਏ। ਬੈਠਕ ਪ੍ਰੰਤ ਪੱਤਰਕਾਰਾਂ ਕਨੇ ਗੱਲ ਕਰਦੇ ਹੋਏ ਗੁਲਾਮ ਨਬੀ ਆਜ਼ਾਦ ਹੋਰੇ ਆਖਿਆ ਜੇ ਵਿਪਕਸ਼ ਦੇ ਨੇਤਾਏ ਕਮਿਸ਼ਨ ਥਮਾਂ ਮੰਗ ਕੀਤੀ ਹੈ ਜੇ ਇਸ ਗੱਲੇ ਕੀ ਯਕੀਨੀ ਬਣਾਇਆ ਜਾ ਜੇ ਲੋਕ ਸਭਾ ਤੇ ਵਿਧਾਨ ਸਭਾ ਚੁਣਾਵਾਂ ਚ ਈਵੀਐਮ ਦੇ 50% ਨਤੀਜੇ ਗੀ ਵੀਵੀਪੈਟ ਕੰਨੇ ਮੇਲੀਏ ਦਿਖਿਆ ਜਾ। ਚੁਣਾਵ ਆਯੋਗ ਨੇ ਇਕ ਬਿਆਨ ਚ ਆਖਿਆ ਜੇ ਉਹਨੇ ਰਾਜਨੀਤਿਕ ਪਾਰਟੀਆਂ ਦੀਆਂ ਮੰਗਾਂ ਗੀ ਸੁਣਿਆ ਤੇ ਉਹਨੇ ਗੀ ਭਰੋਸਾ ਦਵਾਇਆ ਜੇ ਉਹਦੀਆਂ ਮੰਗਾਂ ਬੱਖੀ ਧਿਆਨ ਦਿੱਤਾ ਜਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸੜਕ ਯਾਤਾਯਾਤ ਤੇ ਜਰਨੈਲੀ ਸੜਕਾਂ ਸਬੰਧੀ ਮਹਿਕਮੇ ਦੇ ਮੰਤਰੀ ਨਿਤਿਨ ਗਡਕਰੀ ਹੋਰੇ ਕੱਲ ਰਾਜਘਾਟ ਨਵੀਂ ਦਿੱਲੀ ਥਮਾਂ ਮਹਾਤਮਾ ਗਾਂਧੀ ਹੁੰਦੀ 150ਵੀਂ ਜਯੰਤੀ ਦੇ ਸਬੰਧੈ ਚ ਇਕ ਮੋਟਰ ਰੈਲੀ ਗੀ ਝੰਡੀ ਦਸੀਏ ਰਵਾਨਾ ਕੀਤਾ। ਇਹ ਰੈਲੀ 3ਵੇਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਤਹਿਤ ਚਲਾਈ ਜਾ ਰਹੀਆਂ ਗਤੀਵਿਧੀਆਂ ਦਾ ਵੀ ਇਕ ਹਿੱਸਾ ਹੈ। ਰੈਲੀ ਭਾਰਤ, ਬੰਗਲਾਦੇਸ਼ ਤੇ ਮਿਆਂਮਾਰ ਚ ਗਾਂਧੀ ਜੀ ਹੁੰਦੇ ਕੰਨੇ ਜੁੜੀ ਦੀਆਂ ਇਤਿਹਾਸਿਕ ਥਾਰੇ ਥਮਾਂ ਹੁੰਦੇ ਹੋਏ ਆਪਣਾ ਸਫ਼ਰ ਤੈਅ ਕਰੋਗ ਤੇ ਇਸ ਮਹੀਨੇ ਦੀ 24 ਤਰੀਕ ਗੀ ਮਿਆਂਮਾਰ ਦੀ ਯੰਗੂਨ ਥਾਰ ਪੁੱਜੀ ਸੰਪੰਨ ਹੋਗ। ਇਸ ਦੌਰਾਨ ਰੈਲੀ 7,000 ਕਿਲੋਮੀਟਰ ਦਾ ਪੈਂਡਾ ਤੈਅ ਕਰੋਗ। 3ਵੇਂ ਸੜਕ ਸੁਰੱਖਿਆ ਹਫ਼ਤੇ ਦੇ ਸਿਲਸਿਲੇ ਚ ਸਮੁੱਚੇ ਜੰਮੂ ਸੰਭਾਗ ਦੇ ਵੱਖ ਵੱਖ ਜ਼ਿਲ੍ਹਿਆਂ ਚ ਵੀ ਕਈ ਗਤੀਵਿਧੀਆਂ ਤੇ ਆਯੋਜਨਾ ਦਾ ਸਿਰਿਸ਼ਤਾ ਕੀਤਾ ਜਾਂਦਾ, ਜਿੰਦੇ ਚ ਲੋਕ ਮਤੇ ਉਤਸ਼ਾਹ ਤੇ ਜੋਸ਼ ਕੰਨੇ ਵਧੀ ਚੜੀਏ ਹਿੱਸਾ ਲੈ ਕਰਦੇ ਨੇ। ਇਸ ਬਾਰੀ ਦਾ ਵਿਸ਼ੇ ਹੈ ਸੜਕ ਸੁਰੱਖਿਆ, ਜੀਵਨ ਰਕਸ਼ਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਰਟੀਓ ਜੰਮੂ ਨੇ ਦਸਿਆ ਜੇ ਇਕ ਹਫ਼ਤੇ ਤੋੜੀ ਚੱਲਣ ਵਾਲੇ ਇਨ੍ਹਾਂ ਕਾਰਜਕ੍ਰਮਾਂ ਤਹਿਤ ਕਈ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ, ਸਿਹਤ ਜਾਂਚ, ਨਜ਼ਰ ਦੀ ਜਾਂਚ, ਸੜਕ ਸੁਰੱਖਿਆ ਨਿਯਮਾਂ ਬਾਰੇ ਸਵਾਲ ਜਵਾਬ ਜਾਂ ਜਾਣਕਾਰੀ ਤੇ ਇਸ ਸਾਲ ਦੇ ਹੋਰ ਕਈ ਕਾਰਜਕ੍ਰਮ ਕਰਵਾਏ ਜਾਂਦੇ ਨੇ। ਇਹਦੇ ਇਲਾਵਾ ਨਵਾਂ ਲਾਇਸੈਂਸ ਹਾਸਲ ਕਰਨ ਵਾਲੇ ਲਈ ਵਿਸ਼ੇਸ਼ ਜਾਗਰੂਕਤਾ ਸ਼ਿਵਰ, ਪੋਸਟਰ ਪੇਂਟਿੰਗ ਪ੍ਰਤੀਯੋਗਤਾ, ਬਾਈਕ ਰੈਲੀ ਤੇ ਹੋਰ ਦੂਈਆਂ ਗਤੀਵਿਧੀਆਂ ਦੇ ਇਲਾਵਾ ਖੀਰਜ ਪੁਰਸਕਾਰ ਵਿਤਰਨ ਸਮਾਰੋਹ ਦਾ ਸਰਿਸ਼ਤਾ ਕੀਤਾ ਜਾਗ। ਇਸ ਹਫ਼ਤੇ ਦੌਰਾਨ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਵੀ ਸੜਕ ਸੁਰੱਖਿਆ ਜਾਗਰੂਕਤਾ ਕਾਰਜਕ੍ਰਮਾਂ ਦਾ ਸਰਿਸ਼ਤਾ ਕੀਤਾ ਜਾਂਦਾ ਹੈ। ਕੁਲਗਾਮ ਦੀ ਕੈਮੋ ਥਾਰ ਜੰਦੀ ਸੰਜਾ ਆਤੰਕਵਾਦੀਆਂ ਪੁਲਿਸ ਸਟੇਸ਼ਨ ਉਪਰ ਇਕ ਹੱਥ ਗੋਲਾ ਸੁੱਟਿਆ। ਸੁਰੱਖਿਆ ਸੂਤਰੇ ਮੁਜਬ ਹੱਥ ਗੋਲਾ ਆਪਣੇ ਸਹੀ ਨਿਸ਼ਾਨੇ ਪਰ ਨਹੀਂ ਪਈਏ ਪੁਲਿਸ ਸਟੇਸ਼ਨ ਦੀ ਇਮਾਰਤ ਦੇ ਬਾਹਰ ਫੜੀ ਗਿਆ। ਸੂਤਰੇ ਦਸਿਆ ਜੇ ਇਹਦੇ ਚ ਕੁਸੇ ਦੇ ਵੀ ਮਾਰੇ ਜਾਣੇ ਜਾਂ ਘਾਲ ਹੋਣੇ ਦੀ ਖ਼ਬਰ ਨਹੀਂ ਹੈ। ਇਹਦੇ ਸ਼ਾ ਪਹਿਲੇ ਆਤੰਕਵਾਦੀਆਂ ਕੱਲ ਸ੍ਰੀਨਗਰ ਦੇ ਵਜ਼ੀਰ ਬਾਗ ਇਲਾਕੇ ਕੋਲ CRP ਕੈਂਪ ਪਰ ਵੀ ਹੱਥ ਗੋਲਾ ਸੁੱਟਿਆ ਹਾ। ਅਜੇ ਕਿ ਉਸ ਘਟਨਾ ਚ ਵੀ ਕੁਸੇ ਦੇ ਮਾਰੇ ਜਾਣੇ ਦੀ ਜ਼ਖਮੀ ਹੋਣੇ ਦੀ ਕੋਈ ਖ਼ਬਰ ਨਹੀਂ ਹੈ। ਅਜੇ ਤੋੜੀ ਕੁਸੇ ਵੀ ਆਤੰਕੀ ਸੰਗਠਨ ਨੇ ਇਨ੍ਹਾਂ ਹਮਲੇ ਦੀ ਜ਼ਿੰਮੇਵਾਰੀ ਨਹੀਂ ਲੈਤੀ ਹੈ। ਤਾਹੀਂ ਪੁਲਿਸ ਨੇ ਕੱਲ ਬਾਰਾਮੂਲਾ ਥਮਾਂ ਜੈਸ਼ੇ ਮੁਹੰਮਦ ਦੇ ਇਕ ਆਤੰਕਵਾਦੀ ਕੀ ਗ੍ਰਿਫ਼ਤਾਰ ਕੀਤਾ ਗਿਐ। ਉਹਦੇ ਥਮਾਂ ਇਕ ਹੱਥ ਗੋਲਾ ਤੇ ਕਿਸ਼ ਆਪੱਤੀਜਨਕ ਸਮਿਆਨ ਬਰਾਮਦ ਕੀਤਾ ਗਿਐ।
सूचना ते प्रसारण मंत्रालय दे फील्ड आउटरीच ब्यूरो उधमपुर आसेआ जिला प्रशासन दे नेड़मे तालमेल कन्नै मझालता दे सरकारी हायर सैकेंडरी स्कूल च स्वच्छता पर इक जागरूकता कार्यक्रम ते कार्यशाला दा आयोजन कीता गेआ। साढ़े उधमपुर आह्ले संवाददाता नै जिले दे फील्ड आउटरीच ब्यूरो दे इंचार्ज गुरनाम सिंह हुंदे नै इस बारे गल्लबात कीती। हमने स्वच्छ भारत अभियान को लेकर एक प्रोग्राम किया एनएसटी और एक वर्कशॉप दी गई इससे कंपोस्टिंग पे कि कैसे हम अपना जो घर का कूड़ा कचरा निकलता है उसको खाद में प्रयोग करते हैं, हमारा ब्लैक गोल्डर्स को प्रिजर्व करते हैं, उस पर एक वर्कशॉप हुई और एक्सपर्ट लेक्चर हुए कल मजालता में ही। और आज दूसरे दिन हम वहाँ पे खेल इंडिया को प्रमोट करें और कल हमारे जो ड्रग एडिक्शन पे है उस पर कार्यक्रम होंगे। ऐसे प्रोग्राम टिकरी में करने जा रहे हैं, सेम पैटर्न रहेगा, वहाँ भी 3 दिन की तरह की वर्कशॉप रही। एक खबर तुम रेडियो कश्मीर जम्मू पर सुना दो, बाकी खबरें कने मोनिका चंदेल। सैलसफा मैहकमे आसेआ 8 कोला 10 फरवरी तोड़ी जम्मू महोत्सव 2019 दा सरिस्ता कीता जा'रदा ऐ, जिस दौरान जम्मू, आरसपुरा, कटरा, सांबा ते मानसर च बक्ख बक्ख चाल्ली दे कार्यक्रमें दा आयोजन कीता जाग। इस सिलसिले च तैयारियें दा जायजा लैने लेई सैलसफा मैहकमे दे सचिव रिगजिन सैम्फिल होरें कल जम्मू यूनिवर्सिटी दे जनरल जोरावर सिंह आडिटोरियम, भगवती नगर यात्री निवास ते होरनें थाहरें दा दौरा लाया। 3 दिनें दे इस महोत्सव दा मकसद जम्मू संभाग दे अंदर बक्ख बक्ख इलाकें दी बन सबन्नी संस्कृति ते सग्गोसार विरसे गी सभनें सामने उजागर करना ते इत्थे सैलसफा गी बढ़ावा देना ऐ। फरार होइये देसे थमां बाहर नस्सी गेदे कारोबारी विजय माल्या गी परतियै भारत गी सौंपने दे बरतानिया दे गृहमंत्री दे फैसले दा भारत ने स्वागत कीता ऐ। विदेश मंत्रालय दे सूत्रें जानकारी दित्ती ऐ जे ओह इस सरबंधै च कानूनी कारवाइयां ते औपचारिकताएं दे मुकम्मल होने गी बलगारदे न। बरतानिया च होई दी इस प्रगति पर प्रतिक्रिया दिंदे होई केंद्री मंत्री अरुण जेटली होरें आखेआ जे मोदी सरकार ने माल्या गी भारत आनने दी प्रक्रिया च इक कदम होर तय करी लैता ऐ। एह्दे शा पैह्ले बरतानिया दे गृहमंत्री साजिद जावेद होरें फरार भारती कारोबारी विजय माल्या गी भारत गी सौंपने दा हुक्म दित्ता हा। स्कूली शिक्षा मैहकमे दे सचिव अजीत कुमार साहू होरें विद्यार्थियें च मतेहानें गी लेइयै दबाव परेशानी गी घट्ट करने ते उंदियें होर दूइयें चिंताएं गी दूर करने लेई इक हैल्पलाइन दी कल शुरूआत कीती। स्कूली शिक्षा निदेशालय जम्मू च लोआए गेदे इक समारोह च सैकटरी होरें आखेआ जे इस हैल्पलाइन दा फायदा ठोआने लेई विद्यार्थी टेलीफोन नंबर 600-680-0068 या ईमेल counselingcelldsej@gmail.com पर संपर्क करी सकदे न। एह् हैल्पलाइन सेवा विद्यार्थियें दा मार्गदर्शन करने ते उनेंगी सलाह परामर्श उपलब्ध करोआने लेई शुरू कीती गेई ऐ। उनें दस्सिया जे विद्यार्थियों लई एह कामकाज आले कुसै भी रोज बडले 10:30 बजे कोला लेइयै संझा 4:30 बजे तोड़ी संपर्क करी सकदे न ते फोन पर या आमने सामने बेहियै सलाह लैने लई दिन ते समां तय करी सकदे न। उनें आखिया जे तौले गै इस सेवा गी हर रोज 24 घंटे उपलब्ध कराई दिता जाग तां जे इमरजेंसी या तुरंत सहायता दी सूरत च संपर्क कीता जाई सके। एह सेवा जम्मू संभाग दे सरकारी स्कूलों दे बच्चें लई है। जम्मू श्रीनगर राष्ट्रीय जरनैली सिड़क अज्ज गड्डियें दी इक तरफा आवाजाही लई खोली दित्ती गई ऐ ते गड्डियें गी श्रीनगर थमां जम्मू लई छोड़िया जाग। साढ़े जिला संवाददाता दी रिपोर्ट मुताबक 5 घंटे तोड़ी सिड़क थमां मलबा हटाने की कार्रवाई परैंत कल राती 8 बजे जरनैली सिड़क गी गड्डियें दी आवाजाही लई परतियै खोली दित्ता गया हा। कल दपैह्री तकरीबन 3:30 बजे बनिहाल कोल खारपुर च पस्सी पौने कारण सिड़क बंद होई गई ही। IGP ट्रैफिक आलोक कुमार होरें आकाशवाणी गी दस्सिया जे रस्ते च फसी दियां ज्यादातर गड्डियें गी कड्डी लैता गेदा ऐ ते हुन उंदा ध्यान अज्जै दी ट्रैफिक उप्पर ऐ। IGP होरें दस्सिया जे अज्ज होरनें गड्डियें गी घाटी थमां जम्मू लेई छोड़िया जा'रदा ऐ। मौसम विभाग ने रियासत च मती बरखा ते भारी बर्फबारी होने की चेतावनी जारी की है। एह्दे मुताबक अज्ज दपैह्री दक्खन कश्मीर, पीर पंजाल धार यानी डोडा, बटोत, भद्रवाह, रामबन, बनिहाल ते बारामूला ते जवाहर टनल आले इलाकें दरमियानी थमां भारी दर्जे की बरखा ते बर्फबारी होने का अंदेशा जताया गेदा है। बरखा ते बर्फबारी वीरवार तोड़ी जारी रौहने की आशंका है। प्रशासन ने डिप्टी कमिश्नरें गी निर्देश दिता है जे ओ लोकें गी बर्फू दे तूफान आने दे अंदेशे आले इलाकें थमां दूर होने की सलाह देन। जिला कठुआ दे पहाड़ी इलाकें च लोकें गी हाल च होई दी बर्फबारी कारण नेकां समस्याएं दा सामना करना पवा दा है। पेश है इस बारे साढ़े जिला संवाददाता दी रिपोर्ट। जंदे रोज होई दी बर्फबारी ते बरखा दी वजह कन्नै विशेष करियै डुग्गन, ढग्गर, चढ़ियार, कोटी, मल्हार, सरसल ते धार मानपुर दे इलाके च लोकें गी मती मुश्कलें दा सामना करना पवा करदा है। जित्थे इस इलाके च बिजली अजे तक बहाल नहीं हुई है और लोकें गी पीने दे पानी आस्तै भी मुश्कलां दा सामना करना पवा करदा है। तो दुई बक्खी सड़कें ते जेहड़े निक्के मोटे रस्ते न अजें भी बंद पेदे न बर्फबारी होने की वजह कन्नै। कई खड़ी फसलां ते फलदार बूटे गी नुकसान पुज्जा है। कठुआ थमां प्रदीप कुमार शर्मा।
ते अखीरै च खास खास खबरें इक बारी परतियै सरकारै प्रधानमंत्री आवास योजना तैहत सब्बने लेई अपना मकान आले मिशन गी तोड़ पुजाने लेई एह्दे कम्मै च तेजी आनने लेई अफसरें गी निर्देश जारी कीता ऐ। जम्मू संभाग च एह्दे तैहत 3,940 मकान तैयार करने दी मंजूरी दित्ती गेदी ऐ। 8 कोला 10 फरवरी तोड़ी जम्मू महोत्सव 2019 दा सरिस्ता कीता जा करदा ऐ, जिस दौरान जम्मू प्रांता दे बक्ख बक्ख इलाकें दी बन्न सबन्नी संस्कृति ते सग्गोसार विरसे गी उजागर करने सरबंधी केई कार्यक्रमें दा सरिस्ता कीता जाग। भारत ने देसै थमां फरार होई गेदे भारतीय कारोबारी विजय माल्या गी सौंपने दे बरतानिया दे फैसले दा स्वागत कीता ऐ। एह्दे कन्नै गै खबरें दा एह् बुलेटिन समाप्त होआ।